ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਵਲੌਗ ਚੈਨਲ ਜਿਹਦਾ ਨਾਮ ਹੈ ਤਿਸ਼ਾ ਲਾਲੀ ਵਲੌਗ। ਸੋ ਚੱਲ ਪਏ ਜੀ ਸਵੇਰੇ ਸਵੇਰੇ ਕੰਮਾਂ ਕਾਰਾਂ 'ਤੇ ਅੱਜ ਫਿਰ। ਅਤੇ ਪਹਿਲਾਂ ਤਾਂ ਮੈਂ ਤੁਹਾਨੂੰ ਮੈਂ ਕਿਹਾ ਧੁੰਦ ਤੋਂ ਹੀ ਸਟਾਰਟ ਕਰਦੇ ਹਾਂ, ਧੁੰਦ ਦੇਖ ਲਓ ਕਿੰਨੀ ਪਈ ਅੱਜ ਫਿਰ। ਅਤੇ ਚੱਲਦੇ ਹਾਂ ਜੀ ਅੱਜ ਸ਼ੂਟਿੰਗ 'ਤੇ ਬਰਨਾਲੇ। ਅੱਜ ਹੈਗਾ ਜੀ ਸ਼ੂਟ ਸਾਡਾ ਕੋਹੇ ਨੂਰ ਲੋਕੇਸ਼ਨ 'ਤੇ, ਅਤੇ ਜਾ ਕੇ ਤੁਹਾਨੂੰ ਲੋਕੇਸ਼ਨ ਵੀ ਦਿਖਾਵਾਂਗੇ, ਸਾਰਾ ਕੁਛ ਦਿਖਾਵਾਂਗੇ। ਕੈਮਰਾ ਰੈਂਟ 'ਤੇ ਚੱਲਣਾ ਸੀਗਾ, ਅਤੇ ਚੰਗਾ ਜੀ ਬਣੇ ਰਹੋ ਵਲੌਗ ਦੇ ਨਾਲ। ਬੈਕ ਕੈਮਰਾ ਕਰਕੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਸੋ ਅੱਜ ਹੈਗੀ ਜੀ 25 ਤਰੀਕ, 25 ਆ ਜੀ ਅੱਜ। ਅਤੇ ਅੱਜ ਹੈਗਾ ਆਪਣਾ ਹੈਪੀ ਵਾਲਾ ਬਰਥਡੇ ਵੀ ਆ, ਅਤੇ ਸੋ ਵਿਸ਼ ਵੀ ਕਰ ਲਓ ਤੁਸੀਂ ਸਾਰੇ ਜਾਣੇ, ਆਪਣੇ ਆਪ ਨੂੰ ਆਪ ਹੀ ਕਹਿ ਲਈਏ। ਸੋ ਚਲੋ ਜੀ, ਗੱਡੀ ਵੀ ਚਲਾਉਣੀ ਆ ਅਤੇ ਧੁੰਦ ਵੀ ਬਹੁਤ ਪਈ ਆ। ਸੋ ਵਲੌਗ ਬਣਾਉਂਦੇ ਬਣਾਉਂਦੇ ਚਲੋ ਗੱਡੀ 'ਚ ਤਾਂ ਬਣਾਉਣਾ ਤਾਂ ਨਹੀਂ ਚਾਹੀਦਾ, ਪਰ ਫਿਰ ਵੀ ਮੈਂ ਆਪਣੇ ਥੋੜ੍ਹਾ ਹਾਈਵੇ 'ਤੇ ਨਹੀਂ ਚੜਿਆ ਸੀ, ਇਸ ਕਰਕੇ ਮੈਂ ਸੋਚਿਆ ਵੀ ਚੱਲ ਬਣਾ ਲਈਏ ਵਲੌਗ। ਸੋ ਚਲੋ ਜੀ, ਬਾਕੀ ਤਾਂ ਤੁਹਾਨੂੰ ਉੱਥੇ ਜਾ ਕੇ ਮੈਂ ਮਿਲਦੇ ਹਾਂ, ਸਾਰਿਆਂ ਨਾਲ ਬਣਾਉਂਦੇ ਹਾਂ, ਅਤੇ ਜੋ ਜੋ ਸ਼ੂਟ ਹੋਊਗਾ ਲੋਕੇਸ਼ਨ ਦਿਖਾਵਾਂਗੇ ਤੁਹਾਨੂੰ ਹਰੇ ਹਮੇਸ਼ਾ ਹੀ ਤਰ੍ਹਾਂ। ਅਤੇ ਲੋਕੇਸ਼ਨ ਦਾ ਤੁਹਾਨੂੰ ਪ੍ਰਾਈਜ਼ ਪ੍ਰੂਈਜ਼ ਵੀ ਦੱਸਾਂਗੇ, ਕੀ ਰੈਂਟ ਆ, ਕੀ ਕਿੱਦਾਂ ਆ। ਸੋ ਚਲੋ ਜੀ, ਮਿਲਦੇ ਹਾਂ ਜੀ ਸਿੱਧਾ ਜਾ ਕੇ ਬਰਨਾਲੇ। ਅਤੇ ਚੰਗਾ ਜੀ, ਸਤਿ ਸ਼੍ਰੀ ਅਕਾਲ। ਮਿੱਤਰੋ, ਆਪਾਂ ਢਾਬੇ 'ਤੇ ਰੁਕੇ ਸੀਗੇ, ਅਤੇ ਇੱਧਰ ਆਪਣੇ ਸੂਰਜ ਦੇਵਤਾ ਜੀ ਨੇ ਵੀ ਦਰਸ਼ਨ ਦੇ ਦਿੱਤੇ ਆਪਾਂ ਨੂੰ। ਧੁੰਦ ਹਟ ਗਈ ਆ ਇੱਥੇ, ਪਿੱਛੇ ਸਾਰੇ ਰਸਤੇ ਧੁੰਦ ਸੀ ਤਾਂ ਕਰਕੇ ਵਲੌਗ ਨਹੀਂ ਬਣਾਇਆ। ਸੋ ਢਾਬਾ ਟਰੱਕਾਂ ਵਾਲਾ ਜੀ, ਇੱਥੇ ਟਰੱਕ ਬਹੁਤ ਰੁਕਦੇ ਆ, ਸੋ ਇੱਥੇ ਰੋਟੀ ਤੁਹਾਨੂੰ ਪਤਾ ਸਵਾਦ ਹੁੰਦੀ ਆ। ਆਹ ਦੇਖ ਲਓ ਟਰੱਕਾਂ ਵਾਲਾ ਢਾਬਾ, ਅਤੇ ਦੇਖਦੇ ਹਾਂ ਜੀ। ਅਤੇ ਸਵੇਰੇ ਸਵੇਰੇ ਤੁਹਾਨੂੰ ਪਤਾ ਚਾਹ ਨਾਲ ਪਰੌਂਠਾ ਹੀ ਹੁੰਦਾ, ਚਾਹ ਨਾਲ ਪਰੌਂਠਾ ਛਕਾਂਗੇ ਅਤੇ ਫਿਰ ਅੱਗੇ ਜਾਵਾਂਗੇ, ਅਤੇ ਅੱਗੇ ਜਾ ਕੇ ਤੁਹਾਨੂੰ ਮਿਲਾਉਂਦੇ ਆ ਸਾਰਿਆਂ ਨਾਲ। ਚੰਗਾ ਜੀ, ਬਣੇ ਰਿਹੋ ਵਲੌਗ ਦੇ ਨਾਲ। ਸਵੇਰੇ ਸਵੇਰੇ ਆ ਗਿਆ ਜੀ ਦਹੀਂ। ਦਹੀਂ ਨੂੰ ਇੰਗਲਿਸ਼ 'ਚ ਕੀ ਕਹਿੰਦੇ ਤੁਹਾਡੀ? ਕਰਡ ਕੀ? ਕਰਡ ਕਾੜਿਆ ਨਹੀਂ, ਕਰਡ ਕਰਡ। ਸੋ ਆਹ ਦੇਖ ਲਓ ਜੀ, ਫੱਟੇ ਵਾਲਾ ਢਾਬਾ, ਪੁਰਾਣਾ ਢਾਬਾ ਐਨ ਪੂਰਾ। ਪਹਿਲਾਂ ਪਹਿਲਾਂ ਇੱਦਾਂ ਦੇ ਬਹੁਤ ਢਾਬੇ ਹੁੰਦੇ ਸੀ ਹੈ ਨਾ ਸੜਕ 'ਤੇ। ਢਾਬੇ ਤੇ ਨੀ ਕੋਈ ਗਾਣਾ ਲਿਖਿਆ ਅੱਜ ਤੱਕ? ਢਾਬੇ ਤੇ ਵੀ ਲਿਖੇ ਆ ਬਥੇਰੇ, ਲਿਖੇ ਆ ਆਵਾਂਗੇ ਡਰਾਈਵਰ ਬਾਈਆਂ ਦੇ ਲਿਖੇ ਹੋਏ ਮੇਰੇ ਕੋਲ ਗਾਣੇ। ਹਾਂ ਹਾਂ ਆਵਾਂਗੇ ਕਿਤੇ। ਚਲੋ ਸਹੀ ਆ ਜੀ, ਹੁਣ ਛਕ ਲਈਏ ਪਰੌਂਠਾ ਤੇ ਦਹੀਂ ਦੇ ਨਾਲ ਤੇ ਚਾਹ ਦੇ ਨਾਲ। ਚੰਗਾ ਜੀ, ਆਹ ਲੈ ਆਇਆ ਬੰਦਾ ਪਰੌਂਠਾ, ਆਹ ਹੀ ਆ ਬੰਦਾ ਪਰੌਂਠਾ ਲੈ ਗਿਆ। ਆਹ ਦੇਖ ਪੂਰਾ ਕੜਕ ਕੜਕ ਲਿਆਈ ਮੇਰਾ ਭਰਾ, ਇੱਕ ਮਿੰਟ ਹੋ ਗਈ ਬਈ, ਹੋਰ ਰਲ ਕੇ ਲਿਆਈ। ਲਓ ਜੀ, ਲੋਕੇਸ਼ਨ 'ਤੇ ਪਹੁੰਚ ਗਏ ਸੀਗੇ, ਅਤੇ ਸੋਢੀ ਸਾਹਿਬ ਹਾਲੇ ਡਾਇਰੈਕਟਰ ਸਾਹਿਬ ਤਾਂ ਆਏ ਨਹੀਂ, DOP ਪਹਿਲਾਂ ਹੀ ਪਹੁੰਚ ਗਿਆ ਕਿ ਨਹੀਂ? ਮਾਡਲ ਪਹੁੰਚੇ ਹੋਏ, ਟੀਮ ਪਹੁੰਚੀ ਸੀ, ਪਰ ਆਪਾਂ ਨੂੰ ਪਤਾ ਨਹੀਂ ਗਾ। ਅੱਛਾ, ਸਾਰਾ ਕੁਝ ਪਹੁੰਚਿਆ? ਹਾਂ, ਮਾਡਲ ਸਾਰਾ ਕੁਝ। ਇਹਨਾਂ ਨੂੰ ਪੁੱਛ ਰੂਮ ਕਿਹੜਾ ਦਿੱਤਾ ਇਹਨਾਂ ਨੇ ਸਾਨੂੰ? ਰੂਮ ਇੱਥੇ ਹੋਣਾ। ਸੋ ਆਹ ਲਓ ਜੀ, ਪਹਿਲਾਂ ਵੀ ਅਸੀਂ ਇੱਥੇ ਆਏ ਹਾਂ ਸ਼ੂਟ 'ਤੇ, ਇਹ ਹੈਗਾ ਬਰਨਾਲੇ ਦੇ ਲਾਗੇ, ਅਤੇ ਪੂਰੀ ਲੋਕੇਸ਼ਨ ਦੀ ਜਾਣਕਾਰੀ ਤੁਹਾਨੂੰ ਠਹਿਰ ਕੇ ਦੇਵਾਂਗੇ, ਬਣੇ ਰਹੋ ਵਲੌਗ ਦੇ ਨਾਲ। ਸਾਰੀ ਜਗ੍ਹਾ ਸਾਰੀ ਲੋਕੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਕਿ ਕਿੱਥੇ ਕਿੱਥੇ ਹੈਗਾ, ਕੀ ਸ਼ੂਟ ਆ, ਕਿੱਦਾਂ ਕੀ ਰੈਂਟ ਆ, ਅਤੇ ਬਣੇ ਰਿਹੋ ਵਲੌਗ ਦੇ ਨਾਲ। ਸੋਢੀ ਸਾਹਿਬ ਮੈਨੂੰ ਲੱਗਦਾ ਦੇਖਦੇ ਪਏ ਆ, ਕੀ ਦੇਖਦਾ ਬਈ? ਨਹੀਂ, ਮੈਂ ਦੇਖਦਾ ਪਿਆ ਸੀਗਾ ਕਿਹੜੀ ਕਿਹੜੀ ਟੀਮ ਕਿਹੜੀ ਆ, ਜਿਹੜੀ ਟੀਮ ਨਹੀਂ ਲੱਭ ਹੋਣੀ ਆਪਣੇ ਤੋਂ। ਇੱਦਾਂ ਅੱਜ ਰਸ਼ ਬਹੁਤ ਆ, ਪ੍ਰੀ ਵੈਡਿੰਗਾਂ ਵਾਲਿਆਂ ਦਾ ਰਸ਼ ਬਹੁਤ ਆ। ਤੂੰ ਵਾਸ਼ਰੂਮ ਜਾਇਆ ਤੇ ਟੀਮ ਸਾਡੇ ਤੋਂ ਲੱਭ ਨਹੀਂ ਹੋਣੀ, ਕਿਉਂਕਿ ਸਾਰੇ ਪ੍ਰੀ ਵੈਡਿੰਗਾਂ ਕਰਨ ਆਏ ਆ। ਮੈਨੂੰ ਲੱਗਦਾ ਆਪਾਂ ਹੀ ਆਏ ਹਾਂ ਇੱਥੇ ਗਾਣਾ ਬਣਾਉਣ। ਸੋ ਚਲੋ ਜੀ, ਬਣੇ ਰਹੋ ਵਲੌਗ ਦੇ ਨਾਲ। ਲੋਕੇਸ਼ਨ 'ਤੇ ਕੀ ਕਹਿੰਦੇ ਇਹਨੂੰ, ਟਰਕੀ ਨਾ ਹੋਰ ਹੀ ਕੁਛ ਆ ਇਹ? ਹੈਂ, ਹਾਂ ਆਹ ਦੇਖੋ ਹੁਣੇ ਹੀ ਸਾਲਿਆ, ਤੂੰ ਚਾਹ ਨਾ ਪਰੌਂਠਾ ਖਾਧਾ, ਫੇਰ ਚਾਹ ਚੱਕ ਲਈ ਹੈ ਓਏ। ਉਹ ਬੁੱਲੇ ਤਰ ਧਰਮਿੰਦਰਾ, ਨਾਲ ਹੇਮਾ ਬਾਲੀ ਕੀ ਚੱਕੀ ਆ ਤੂੰ ਓਏ, ਦੇਖ ਲਾ ਓਏ, ਪੁਰਾਣੇ ਐਕਟਰ ਪੁਰਾਣੇ ਸੀ ਆ ਨਾ ਭਰਾ, ਹੈ ਨਾ। ਜਾਂ ਹੇਮਾ ਮਾਲਨੀ ਦੀ ਜਗ੍ਹਾ ਤੂੰ ਖੜ ਸੋਢੀ।
ਸਾਲਾ ਉੱਥੇ ਪਹੁੰਚਣਾ ਹੀ ਤੂੰ ਫੱਟੇ ਤੇ ਪੈਰ ਰੱਖਣਾ ਪੈਣਾ ਜੋੜੀ ਪਰਫੈਕਟ ਸੀ ਇਹ ਜੋੜੀ ਹਾਂ ਬਾਲੀਵੁੱਡ ਦੀ ਜੋੜੀ ਨੰਬਰ 1 ਸੀ ਸਾਲਾ ਉਦੋਂ ਤੂੰ ਜੰਮਿਆ ਵੀ ਨਹੀਂ ਹੋਣਾ ਜਦੋਂ ਦੇ ਹਿੱਟ ਹੋਏ ਆ ਨਹੀਂ ਕਿਉਂ ਨਹੀਂ ਜੰਮਿਆ ਲੈ ਮਾਂ ਭੈਣ ਜੀ ਛੋਲੇ ਫਿਰ ਮੈਂ ਆਪਣੀ ਫੋਟੋ 'ਚ ਦੇਖੀ ਸੀ ਅੱਛਾ ਉਸ ਤੋਂ ਬਾਅਦ ਹੀ ਪਟ ਲੱਗਿਆ ਸੀ ਸੋ ਆਹ ਦੇਖੋ ਜੀ ਸੈੱਟ ਇੱਥੇ ਕਈ ਤਰ੍ਹਾਂ ਦੇ ਸੈੱਟ ਆ ਬਾਈ ਤੂੰ ਪੀ ਲਾ ਚਾਹ ਤੇ ਮੈਂ ਜਦ ਤੱਕ ਇੱਧਰੋਂ ਲੋਕੇਸ਼ਨ ਦਿਖਾ ਦਵਾਂ ਆਹ ਖੂਹ ਲੱਗਦਾ ਹੈ ਤੁਹਾਡੀ ਓਏ ਇਹ ਅਸਲੀ ਖੂਹ ਹੋਊਗਾ ਤੁਹਾਡੀ ਹਾਂ ਦੇਖੋ ਜੀ ਇੱਥੇ ਪਿੱਛੇ ਜਿਹੇ ਵੀ ਅਸੀਂ ਸ਼ੂਟ ਕਰਕੇ ਗਏ ਸੀਗੇ ਹਾਂ ਦੇਖੋ ਅੱਧੇ ਕੁ ਸੈੱਟ ਆਹ ਫਿਰਦੇ ਆ ਅਤੇ ਅੱਧੇ ਕੁ ਸੈੱਟ ਆਹ ਖਿਲਰੇ ਪੱਤਰੇ ਫਿਰਦੇ ਆ ਲਓ ਜੀ ਦੇਖਿਆ ਵੇ ਕਮਾਲ ਦੀ ਚੀਜ਼ ਆ ਵੇ ਕਮਾਲ ਦੀ ਚੀਜ਼ ਇਹ ਹੈਗੀ ਜੀ ਕੋਹੇ ਨੂਰ ਲੋਕੇਸ਼ਨ ਕੋਹੇ ਨੂਰ ਹਲੇ ਤਾਂ ਤੁਹਾਨੂੰ ਅੱਧਾ ਹਿੱਸਾ ਹੀ ਦਿਖਾਇਆ ਬਾਕੀ ਹਿੱਸਾ ਵੀ ਪੂਰੇ ਬਲੌਗ 'ਚ ਦਿਖਾਵਾਂਗੇ ਲਓ ਜੀ ਇੱਧਰ ਕੈਮਰੇ ਦੀ ਸਫਾਈ ਹੋ ਰਹੀ ਆ ਮੇਕਅਪ ਹੋ ਰਿਹਾ ਜਾਣੀ 'ਚ ਆਹ ਦੇਖੋ ਹੈ ਓਏ ਹੋ ਰਿਹਾ ਸੋ ਲਓ ਜੀ ਡੀ ਓ ਪੀ ਸੋਢੀ ਸਾਹਿਬ ਰੈਡੀ ਆ ਜੀ ਸ਼ੂਟ ਕਰਨ ਲਈ ਸੋਢੀ ਰੈਡੀ ਹੈਲੋ ਗਾਈਜ਼ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਵਲੌਗ ਚੈਨਲ ਜਿਹਦਾ ਨਾਮ ਹੈ ਦਿਸ਼ਾ ਲਾਲੀ ਵਲੌਗਸ ਸੋ ਅੱਜ ਵਲੌਗ ਸਟਾਰਟ ਹੋਇਆ ਹੈ ਜਸਟ ਬਿਕੋਜ਼ ਇੱਕ ਤਾਂ ਮੈਂ ਫ੍ਰੀ ਸੀਗੀ ਔਰ ਇੱਕ ਲਾਲ ਦਾ ਬਰਥਡੇ ਸੀ ਸੋ ਮੇਨ ਰੀਜ਼ਨ ਸੀ ਕਿ ਲਾਲ ਦਾ ਬਰਥਡੇ ਹੈ ਸੋਰੀ ਸੀ ਨਹੀਂ ਪਰ ਜਦੋਂ ਤੁਸੀਂ ਦੇਖੋਗੇ ਤਦ ਸੀ ਹੋ ਜਾਣਾ ਸੋ ਮੈਂ ਸ਼ੂਟ ਕਰ ਰਹੀ ਹਾਂ 25th of November ਨੂੰ ਔਰ ਪਤਾ ਨਹੀਂ ਮੈਂ ਕਦੋਂ ਅਪਲੋਡ ਕਰੂੰਗੀ ਕਿਉਂਕਿ ਐਡੀਟਿੰਗ 'ਚ ਮੈਂ ਬਹੁਤ ਜ਼ਿਆਦਾ ਲੇਜ਼ੀ ਹੋ ਗਈ ਹਾਂ ਕੁਛ ਮੈਨੂੰ ਟਾਈਮ ਵੀ ਨਹੀਂ ਲੱਗਦਾ ਕਿਉਂਕਿ ਐਡੀਟਿੰਗ ਨੂੰ ਬਹੁਤ ਟਾਈਮ ਲੱਗਦਾ ਹੈ ਸੋ ਅੱਜ ਇੱਦਾਂ ਲਾਲੀ ਦਾ ਬਰਥਡੇ ਆ ਔਰ ਮੈਨੂੰ ਲੱਗਦਾ ਸਾਡੀ ਮੈਰਿਜ ਤੋਂ 10 more than 10 years ਹੋ ਗਿਆ ਔਰ 10 ਸਾਲ ਤੋਂ ਬਾਅਦ ਇਹ ਫਸਟ ਬਰਥਡੇ ਆ ਜਦੋਂ ਅਸੀਂ ਨਾਲ ਨਹੀਂ ਆਈ ਗਏ ਮਤਲਬ ਸਵੇਰੇ ਨਾਲ ਸੀ ਰਾਤ ਵੀ ਨਾਲ ਹੋਵਾਂਗੇ ਬਟ ਕੁਛ ਸ਼ੂਟ ਆ ਗਿਆ ਜਿਹੜਾ ਇੰਪੋਰਟੈਂਟ ਸੀ ਸ਼ੂਟ ਕਰਨਾ ਸੀ ਤੋ ਲਾਲੀ ਇਸ ਲਈ ਚਲੇ ਗਏ ਸ਼ੂਟਿੰਗ 'ਤੇ ਤੋ ਫਿਰ ਮੈਂ ਕਿਹਾ ਹਾਂ ਜਾਓ ਕਿ ਕੰਮ ਤਾਂ ਓਬਵੀਅਸਲੀ ਫਸਟ ਪ੍ਰਾਇਓਰਿਟੀ ਹੈ ਹੀ ਹੈ ਫੈਮਿਲੀ ਵੀ ਫਸਟ ਪ੍ਰਾਇਓਰਿਟੀ ਹੈ ਲੇਕਿਨ ਕੰਮ ਵੀ ਜ਼ਰੂਰੀ ਹੈ ਤਾਂ ਅਸੀਂ ਕਿਹਾ ਅਸੀਂ ਬਰਥਡੇ ਕੱਲ੍ਹ ਸੈਲੀਬ੍ਰੇਟ ਕਰ ਸਕਦੇ ਬਿਕੋਜ਼ ਕੱਲ੍ਹ ਸੰਡੇ ਹੈ ਸੋ ਤਾਂ ਕਰਕੇ ਔਰ ਹੁਣ ਮੈਂ ਮਿਸ ਤਾਂ ਕਰ ਰਹੀ ਹਾਂ ਔਰ ਵਲੋਗ ਦੇ ਜ਼ਰੀਏ ਫਿਰ ਬਟ ਫਿਰ ਔਰ ਮੈਨੂੰ ਮੌਕਾ ਮਿਲ ਗਿਆ ਵਲੋਗ ਦੇ ਜ਼ਰੀਏ ਕਹਿੰਦੇ ਨੇ ਤਾਂ ਮੇਰੇ ਨਾਲ ਹੀ ਹੋਣਾ ਸੀ ਸੋ ਅ ਵੈਰੀ ਵੈਰੀ ਹੈਪੀ ਬਰਥਡੇ ਐਂਡ ਰੱਬ ਤੁਹਾਡੀ ਸਾਰੀਆਂ ਮਨੋਕਾਮਨਾ ਰੱਬ ਸਰੀ ਤੁਹਾਡੀ ਸਾਰੀਆਂ ਵਿਸ਼ਿਸ ਪੂਰੀਆਂ ਕਰੇ ਔਰ ਅਸੀਂ ਸਾਡਾ ਸਾਰਾ ਪੂਰਾ ਪਰਿਵਾਰ ਹਮੇਸ਼ਾ ਇੱਦਾਂ ਹੀ ਖੁਸ਼ ਰਹੇ ਸਾਨੂੰ ਤੁਹਾਡੇ ਸਾਰਿਆਂ ਦੀ ਬਲੈਸਿੰਗਸ ਦੀ ਨੀਡ ਆ ਪਲੀਜ਼ ਸਾਨੂੰ ਵਧੀਆ ਵਧੀਆ ਬਲੈਸਿੰਗਸ ਦਿਓ ਵਿਸ਼ਿਸ ਦਿਓ ਔਰ ਤਾਂ ਕਿ ਅਸੀਂ ਇੱਦਾਂ ਹੀ ਹੱਸਦੇ ਖੇਡਦੇ ਰਹੀਏ ਬਸ ਹੋਰ ਤਾਂ ਕੁਛ ਨਹੀਂ ਅਜੇ ਤੱਕ ਇੰਨਾ ਹੀ ਸਵੇਰੇ ਅਸੀਂ ਕੱਲ੍ਹ ਨਾ ਅਸੀਂ ਲਿਆਂਦੇ ਗੋਲਗੱਪੇ ਇੰਪੋਰਟੈਂਟ ਇਨਫੋਰਮੇਸ਼ਨ ਨਾਲ ਮੈਨੂੰ ਕਹਿੰਦੇ ਕੁਛ ਵੀ ਬੋਲਦੀ ਰਹਿੰਦੀ ਆ ਬਟ ਇੰਪੋਰਟੈਂਟ ਸੀਗੀ ਫਨੀ ਸੀਗੀ ਗੋਲਗੱਪੇ ਲਿਆਂਦੇ ਉਹ ਨਹੀਂ ਹੁੰਦੇ ਜਿਹੜੇ ਫਿਲ ਕੀਤੇ ਹੁੰਦੇ ਆਲੂ ਵਾਲੇ ਉਹ ਆਲੂ ਐਡੇ ਵੱਡੇ ਵੱਡੇ ਗੋਲਗੱਪੇ ਸਾਨੂੰ ਮੁੱਕ ਹੀ ਨਹੀਂ ਰਹੇ ਸੀ ਲੇਕਿਨ ਉਹ ਆਲੂ ਜਿਹੜੇ ਸੀਗੇ ਉਹਦਾ ਅਸੀਂ ਬਹੁਤ ਵਧੀਆ ਯੂਜ਼ ਕੀਤਾ ਉਹਦਾ ਅਸੀਂ ਪਹਿਲੇ ਤਾਂ ਆਲੂ ਵਾਲੇ ਪਰੌਂਠੇ ਬਣਾ ਲਏ ਉਹਦੇ 'ਚੋਂ ਆਲੂ ਕੱਟ ਕੇ ਦੇਖਿਆ ਕਿੰਨਾ ਬ੍ਰੇਨ ਵਾਲਾ ਕੰਮ ਕੀਤਾ ਇੱਦਾਂ ਦੇ ਪੁੱਠੇ ਸਿੱਧੇ ਪੰਗੇ ਲੈਂਦੇ ਰਹਿੰਦੇ ਫਿਲਹਾਲ ਮੈਨੂੰ ਕਹਿੰਦੇ ਨਾ ਐਕਚੁਲੀ ਲਾਲੀ ਤੋਂ ਵੀ ਅਸੈਸ ਹੈਗਾ ਇਹਦਾ ਵੀ ਹੈਗਾ ਇੰਸਟਾਗ੍ਰਾਮ ਦਾ ਵੀ ਹੈਗਾ ਸੋ ਜਦ ਮੈਂ ਕੁਛ ਉੱਟ ਪਟੰਗ ਬੋਲਦੀ ਹਾਂ ਪਾਉਂਦੀ ਹਾਂ ਫਿਲਹਾਲ ਤਾਂ ਮੈਨੂੰ ਉੱਥੋਂ ਕਾਲ ਆ ਜਾਂਦੀ ਕਹਿੰਦੀ ਆਹ ਕੀ ਕਰਦੀ ਕੁਛ ਵੀ ਬੋਲਦੀ ਰਹਿੰਦੀ ਸੋ ਪਰ ਤੁਹਾਨੂੰ ਤਾਂ ਆਦਤ ਹੋਈ ਗਈ ਹੋਣੀ ਮੇਰੀ ਕੁਛ ਵੀ ਸੁਣਨ ਦੀ ਤੁਹਾਨੂੰ ਪਤਾ ਮੈਂ ਕੁਛ ਵੀ ਬੋਲਦੀ ਰਹਿੰਦੀ ਹਾਂ ਔਰ ਹਜੇ ਤੱਕ ਮੇਰੀ ਇਹੀ ਆਦਤ ਨਹੀਂ ਸੁਧਰੀ ਕਿ ਮੈਂ ਜਦੋਂ ਵਲੋਗ ਬਣਾਉਂਦੀ ਹਾਂ ਮੈਂ ਕੈਮਰੇ 'ਚ ਨਹੀਂ ਦੇਖਦੀ ਮੈਂ ਇੱਦਾਂ ਦੇਖਦੀ ਰਹਿੰਦੀ ਹਾਂ ਸੋ ਮੈਨੂੰ ਇੱਦਾਂ ਕਈ ਵਾਰ ਲੱਗਦਾ ਵੀਡੀਓ ਦੇਖੀ ਕਿ ਪਤਾ ਨਹੀਂ ਮੈਂ ਭੈਂਗੀ ਆਉਣੀ ਹਾਂ ਸੋ ਚਲੋ ਪਰ ਤੁਸੀਂ ਮੇਰੀ ਆਡੀਅੰਸ ਹੋ ਤੁਸੀਂ ਸਾਰਾ ਕੁਛ ਮੈਨੇਜ ਕਰ ਲੈਣਾ ਐਂਡ ਯੈਸ ਔਰ ਬਾਕੀ ਤੁਸੀਂ ਵੀ ਕੁਛ ਕਮੈਂਟ ਕਮੁੰਟ ਕਰਕੇ ਦੱਸ ਦਿਆ ਕਰੋ ਕੋਈ ਆਈਡੀਆਜ਼ ਦੇ ਸਕਦੇ ਹਾਂ ਨਾਲੇ ਮੈਂ ਸੋਚ ਰਹੀ ਹਾਂ ਕਿ ਕੁਛ ਥੋੜ੍ਹਾ ਹੈਪਨਿੰਗ ਕਰੇ ਰਹੇ ਬਹੁਤ ਦੇਰ ਤੋਂ ਵਲੋਗ ਥੋੜ੍ਹੇ ਬੋਰਿੰਗ ਬੋਰਿੰਗ ਆ ਰਹੇ ਆ ਸੋ ਦੇਖਦੇ ਹਾਂ ਕੁਛ ਗੇਮਸ ਕੁਛ ਫਨੀ ਵਾਲਾ ਵੀ ਨਹੀਂ ਮੇਰੇ ਤੋਂ ਸ਼ੂਟ ਹੋ ਪਾ ਰਿਹਾ ਮੈਂ ਚਾਹੁੰਦੀ ਹਾਂ ਕਿਉਂਕਿ ਉਹ ਵੀ ਮੈਨੂੰ ਬਹੁਤ ਸਾਰੇ ਮੈਸੇਜਿਸ ਆ ਰਹੇ ਕਿ ਅਸੀਂ ਵੇਟ ਕਰ ਰਹੇ ਹਾਂ ਤੁਸੀਂ ਫਨੀ ਕੁਛ ਪਾਉਂਦੇ ਨਹੀਂ ਕਿਊ ਐਨ ਏ ਦੇ ਮੈਨੂੰ ਲੱਗਦਾ ਲਾਸਟ ਮੰਥ ਦੇ ਕਿਊ ਐਨ ਏ ਦੇ ਕੁਐਸਚਨਸ ਆ ਜਿਹੜੇ ਮੈਂ ਆਨਸਰ ਨਹੀਂ ਕੀਤੇ ਉਹ ਵੀ ਵਲੋਗ ਮੈਂ ਪਾਉਂਗੀ ਹੁਣ ਇੱਦਾਂ ਕਰਦੀ ਹਾਂ ਬਰਥਡੇ ਵਲੋਗ 'ਤੇ ਤਾਂ ਨਹੀਂ ਪਾਉਂਗੀ ਬਟ ਅੱਜ ਹੀ ਮੈਂ ਸ਼ੂਟ ਕਰ ਲੈਂਦੀ ਹਾਂ ਕਿਊ ਐਨ ਏ ਵਾਲੇ ਆਨਸਰਸ ਵੀ ਉਹ ਵੀ ਕਰਦੀ ਹਾਂ ਬਸ ਕੰਮ ਕਰੀ ਅਚਾਨਕ ਪੂਰਾ ਹੋਵੇ ਨਹੀਂ ਹੋਵੇ ਮੇਰਾ ਇੱਦਾਂ ਕਿ ਹਾਂ ਨਹੀਂ ਕਰਨਾ ਉਹ ਵੀ ਸਟਾਰਟ ਕਰਤਾ ਕਿਚਨ ਵਲੋਗ ਸਟਾਰਟ ਕੀਤੇ ਸੀ ਉਹ ਵੀ ਬਸ ਵਿੱਚ ਹੀ ਰਹਿ ਗਏ ਦੇਖਦੀ ਹਾਂ ਹੁਣ ਥੋੜ੍ਹਾ ਜਿਹਾ ਸਟ੍ਰਿਕਟਲੀ ਕਰਨਾ ਕਿਉਂਕਿ ਜਿਸ ਚੀਜ਼ ਦੀ ਮੈਂ ਇੰਨੀ ਦੇਰ ਤੋਂ ਮਿਹਨਤ ਕਰ ਰਹੀ ਹਾਂ
आई गेस मोर देन 2 ईयर्स या 2 साल के नेड़े तेड़े ही टाइम हो गया और उस चीज़ का रिवॉर्ड मैंने मिल गया और मैंने रियलाइज़ हो गया कि ऐसे कुछ भी कम कर दें कुछ भी अगर मेहनत कर दें तो द रिवॉर्ड जरूर मिलता और समटाइम इदा सी नहीं मन करता सी कुछ कई बार इदा भी हो जाता सी नहीं यार हुन नहीं करना कुछ आता जाता तो है नहीं ऐवें ही फालतू टाइम पास कर रहे हैं लेकिन नहीं जैसे मेहनत करते हो ना किसी भी फील्ड तुहानू रिवॉर्ड जरूर मिलता है उपर रब बैठा जो तुहानू मतलब तुहाडी किसी भी काम नू जाया नहीं जान देता सो थैंक यू गॉड फॉर एवरीथिंग हर चीज़ ली सो बस अजे तक इन्ना ही फिर मैं तुहानू मिलदी हाँ थोड़े टाइम बाद क्योंकि मैं अपना काम डन कर लवा मैनू एक 11 बजे आने तो पहला काम खत्म हो जाए थोड़ा जहा फिर उन्ना भी टाइम स्पेंड हो जाए अदरवाइज मैं भी चल जाती हूँ काम से तो फिर लाली भी नहीं होंगे फिर इदा ही हो जाता सारा उन्होंने बेचारे टाइम नहीं लगता मैं इदा फील हों कि उन्होंने टाइम नहीं दे पाते सो चलो मिलती हूँ फिर मैं करी सी काम सो मैनू अगे बारों कॉल आई सी कि कुछ कोरियर आया लाली का कुछ मंगाया सी गिफ्ट किसी ने भेजा सी सुरेश सिंह किसी ने भेजा सो आया लाली लई गिफ्ट जो भेजा है अमन दी ने लेट्स सी जबरदस्ती चिपका के आया उन्हें चॉकलेट पाई से गिफ्ट दे नाल चिपका एक एक लाइन दे दादी ने एक मेनू हट आरव दा हमेशा ही चलता है खाने वाली चीज़ा पहले ही अंदर हो जाने एक काम करते हैं मैं सोच रही हूँ पिछे टेबल कुर्सी ले जाने हैं तो पिछे डेकोरेशन करते हैं काच कितने दुआ भी आ जाना इधर तक करना रहा हाय ताने जान देखी काच मैं क्या मैं रो जोड़ दी नहीं बोली दा कोई भी गल हुंदी खिंच के नहीं बोली दा प्यार ना मैनू कहंदा मम्मा दो मैं क्या इदा नहीं बोली दा प्यार ना बोलदा कहंदा मम्मा कहंदा क्या अजकल न्याणे च BTS ही होई पई है BTS स्टिकर BTS डायरी की लैके आया
जी हम 2 मिनट रेस्ट लिए बैठे सके तो कैमरा आ पिया तो 2 मिनट रेस्ट कर लीए शाम का बेला हो गया जब तक इधर शॉट रेडी कराते पे आ सोडी होनी तो आप रेस्ट कर रहे हैं इधर अपने पिछे खड़ी जिमनी सो लागे देख लो कि लगती है सो थोड़ी थार नालों छोटी लगती है देखने से मैनू तो इधर थार खड़ी आ थार सैट कराते पे आ सो चलो जी बने रहो ब्लॉग के नाल सो लो जी हुण इधर शूट चलता पाया जी हाँ देखो जी खुली है भाई guys I'm back again so ho gayi hai raat main tak dikha kyun nahi aa dekho raat so ho rahi hai lal di birthday decoration but eh ta assi diwali te laye si to gurupurab tak itthe hi rahuga so suna lagda na so assi kar rahe ha choti ji decoration सो असी कर रहे हैं छोटी जी डेकोरेशन क्योंकि आप कुछ समान पे अच्छी ज्यादा पाई नहीं बाजार जस्ट बिकॉज की आज कल जाना सानू औखा लगा और लाली है नहीं सो असी क्या चलो ज्यादा नहीं थोड़ा बहुत डेकोरेशन कर देंगे जरा आप समान बचे पिछले बर्थडे का उन्होंने मिला के कुछ दिवाली वाली चीज़ा मिला के सो असी कर लिए डेकोरेशन फिर तुम्हें मिलते हैं सो आरव के बर्थडे के बचे से 5 बलून साढ़ा इन्ना भी दिमाग चलता से गए से आरव गिफ्ट लैन उदो असी बलून वगैरह भी लियाते हूँ टेपा ला ला इन्हों जोड़ना पै रहा मैं चलो थोड़ा जि आरव का मन सेगा करके आ डेकोरेशन हो गई है इन्नी गाइस चलो एक पॉइंट तो बन गया अरे भी पट्टिया इन लाती है पट्टिया एक डेकोरेशन आ भी है गाइस आई होप तुहानू साडी क्यूट जी डेकोरेशन वधिया लग रही है सो गाइज इत्थे मैनू वो लगी है डांस परफॉर्मेंस लाली ले रेडी जो कि कर रहा आर सो गाइज डेकोरेशन तो असी करती है सो हम असं खाने लगे रोटी मम्मा ने अज बनाया शलगम सो आ बने शलगम के पालक है ना वो सो गाइस फिशिज च पा लगी गर्म पानी क्योंकि ना हीटर पर तो नहीं करंट मारता से तो मेरे को फिशिज मरना जान हर जा दिन इदा ही कड़ना पैना सो हम मैं पता नहीं मैं अपने वालों तो इन्होंने हेल्प ही की है क्योंकि ठंडा पानी बहुत सेगा ठंड हो गई सी बट आई होप होने सवेर तक ठीक रहन सो लो भी मित्रों रात हो गई है जी सवेरे निकले सी 4 बजे तो रात दे मुड़े हैं जी आप 12 बजे काम तो सोडी साहब नाल अपने नींद आने लग पी सोडी की ज्यादा बस हो गई अज कैमरा चला के मेरे हिसाब एक दिन च 2 गीते अज है ना चलो कोई गल नहीं काम कार भी करने जरूरी है ते थक हो गया ना थक जाता कैमरा चलाना केड़ा सौखा है ना चलो कोई वर्क करना पैना थक हो जाता हाँ सो लो जी हम आप सोडी घर इतने ड्रॉप करांगे ब्रदर ने आना लैन सो मैं जाऊंगा अगे जी गाइस मैं शूटिंग तो आया तो आरव ने देखो डेकोरेशन की मेरी बर्थडे की आ देखो कितने कितने लाए आ थले रिंग लाइट रखी है कहिंदा लाइट वधिया मिलूगी आ देखो इधर देखो कैंडल रखे आ मैं पर पहुंचा लेट मैं लेट पहुंचा 12:01 मैनू रात का तो सवेर का गया ही बर्थडे अज सारे दिन शूटिंग ते निकलिया हाँ देखो बर्थडे से आके बैठा पार्टी करने ली ते अमन ने केक भेजा सगा ते आ देखो गुब्बारे केड़े हिसाब नाल आए ने हुण आप सौं गया हुण उठदा नहीं कहिंदा कट लो तुसी केक आप ही आप पे आप पतंदर सौं गया डेकोरेशन डेकोरेशन कढ के है ओए ओ मिट्टू थैंक यू थैंक यू ए डेकोरेशन कहने कीती
ਵਾਹ ਕੀ ਆਰ ਦਾ ਗਿਫਟ ਆਰ ਬਨੇ ਦਿੱਤਾ ਤੂੰ ਗਿਫਟ ਲੈ ਕੇ ਆ ਮੇਰੇ ਲਈ ਓਹੋ ਥੈਂਕ ਯੂ ਇਹ ਕਿੱਥੋਂ ਲਿਆ ਪ੍ਰਦੀਪ ਤੋਂ ਯਾਰ ਇੱਕ ਤਾਂ ਤੇਰਾ ਪ੍ਰਦੀਪ ਬਹੁਤ ਸਾਥੀ ਆ ਹੋਰ ਵੀ ਸੀਗਾ ਬਾਕੀ ਖਾ ਗਿਆ ਖਾ ਗਿਆ ਬਾਕੀ ਚੱਲ ਆ ਫੇ न्याणे ने देख लो किदा सजा के रखिया सो टाइम भी देख लो किन्ना हो गया टाइम हो गया पूरा एक बजन वाला आरव ने मेरी वेट की पर थोड़ा टाइम सौ गया आरव हूँ देख ला आरव कटना के है डेकोरेशन कहने की भाजी आरव गिफ्ट भारा बड़ा यार तेरा है दो सेल चाहिए पहले ही दसता चीनी का बने रात में सेल की करने मोमबत्ती च पा के जी ठंड लगती केक आ गया जी अमन वालों केक आया है तुम खोलिया भी नहीं जाते ने खोल के झाती जुती तो मार लेनी जी माड़ी ज्यादा झाती मार दे भी खा ले जन्मदिन तो मेरा आया तो आरव बह गया उ सीट से ला मम्मी ने लाइट भी जगाती है देखो ये डेकोरेशन है आरव आ भी रखी है जी जी बना के इतना ਬਗਾਨੇ ਵੀ ਡੈਕੋਰੇਸ਼ਨ ਦਾ ਪਾਠ ਇਹ ਨਾ ਟੇਪਾਂ ਨਾਲ ਜੋੜੇ ਸੀ ਅੱਛਾ ਸੋ ਲਓ ਜੀ ਕੇਕ ਵੀ ਦਿਖਾ ਦਿੰਦੇ ਆ ਕਿਊਟ ਜਿਹਾ ਤੇ ਨਾਮ ਨੂੰ ਨਹੀਂ ਲਿਖਾਇਆ ਨਾ ਮੇਰਾ ਹੈਗਾ ਲਿਖਿਆ ਆ ਉਹਦੇ ਕਿੱਥੇ ਬ੍ਰਦਰ ਲਿਖਿਆ ਬ੍ਰਦਰ ਹੈਪੀ ਬਰਥਡੇ ਕਿੱਥੇ ਲਿਖਿਆ ਬ੍ਰਦਰ ਆ ਦੇ ਲਿਖਿਆ ਥੱਲੇ ਕਿੱਥੇ ਆ ਦੇ ਆਓ ਥੱਲੇ ਲਿਖਿਆ ਚਲੋ ਜੀ ਪਹਿਲਾਂ ਤਾਂ ਅਮਨ ਨੂੰ ਬਹੁਤ ਬਹੁਤ ਥੈਂਕ ਯੂ ਮੂਵੀ ਦੇ ਪਿੱਛੇ ਪਾ ਰਹੇ ਨੇ ਆਪਣੇ ਭਰਾ ਨੂੰ ਕੇਕ ਭੇਜਣ ਲਈ ਉਹ ਵੀ ਇੰਨੇ ਸਾਲਾਂ ਬਾਅਦ ਕਿਉਂ ਕਿੰਨੇ ਸਾਲਾਂ ਬਾਅਦ ਜਦ ਹੀ ਗਈ ਮੈਨੂੰ ਲੱਗਦਾ ਹੁਣੇ ਕੇਕ ਭੇਜਿਆ ਉਹਨੇ ਹਨਾ ਸੋ ਇਹਦੇ ਲਈ ਤੈਨੂੰ ਮੈਂ ਲੱਖਾਂ ਵਾਰੀ ਥੈਂਕ ਯੂ ਕਹਿ ਦਿੰਦਾ ਤੇ ਕਰੋੜਾਂ ਵਾਰੀ ਥੈਂਕ ਯੂ ਵੀ ਸਾਡਾ ਹੋ ਜਾਂਦਾ ਇਹਦੇ ਕਿਉਂਕਿ ਬਹੁਤ ਚਿਰ ਬਾਅਦ ਭੇਜਿਆ ਤੂੰ ਤੇ ਚਲੋ ਜੀ ਗਿਫਟ ਵੀ ਭੇਜਿਆ ਮੇਰੇ ਉਹ ਗੱਡੀ ਦਾ ਹੈਂਗਿੰਗ ਕਰਨ ਵਾਲਾ ਹਨਾ ਕਾਰ ਹੈਂਗਿੰਗ ਮੋਰੇ ਸ਼ੀਸ਼ੇ ਤੇ ਟੰਗਣ ਲਈ ਅੰਟੀਕ ਆਈਟਮ ਆ ਸੋ ਕੱਟੀਏ ਕੇਕ ਫੇ ਆਰਵਜੀਤ ਸਿੰਘ ਨਹੀਂ ਇਹ ਉਹ ਕਰ ਦੇ ਚਲੋ ਬਾਕੀ ਸਮਾਂ ਉੱਠੀ ਲਾਤੀ ਅਰ ਮੋਮਬੱਤੀ ਕੀ ਕਰਨੀ ਹੈ ਸਿੱਧੀ ਹੋਈ ਜੀ ਆ ਗਿਫਟ ਭੇਜਿਆ ਸੀਗਾ ਸਿਸਟਰ ਨੇ ਇਹ ਵੀ ਬਹੁਤ ਵਧੀਆ ਇਹ ਕਹਿੰਦੀ ਬੁਰੀ ਨਜ਼ਰ ਤੋਂ ਬਚਾ ਕੇ ਰੱਖਿਆ ਹੈ ਇਹ ਗੱਡੀ 'ਚ ਟੰਗਾਂਗੇ ਬਹੁਤ ਘੈਂਟ ਚੀਜ਼ ਲੱਗੀ ਮੈਨੂੰ ਅਤੇ ਕੱਟੀਏ ਕੇਕ ਫੇ ਚਲੋ ਜੀ ਪਹਿਲੇ ਗਿਫਟ ਖੋਲੋ ਗਿਫਟ ਬਾਅਦ 'ਚ ਖੋਲ ਦਿੰਦੇ ਪਹਿਲਾਂ ਕੇਕ ਤਾਂ ਕੱਟ ਲਈਏ ਬਸ ਹਨਾ ਕੇਕ ਕੱਟ ਲਈਏ ਪਹਿਲਾਂ ਕੇਕ ਕੱਟ ਲਈਏ ਕੇਕ ਦੇ ਉੱਤੇ ਫਰੂਟ ਵੀ ਸਵਾਦ ਸਵਾਦ ਲੱਗਦਾ ਮੈਨੂੰ ਤਾਂ ਉੱਪਰ ਟੇਪ ਨਾ ਜੋੜਿਆ ਕਰੇ ਨਹੀਂ ਨਹੀਂ ਟੇਪ ਨਾ ਹੀ ਲੱਗਦਾ ਟੇਪ ਨਾ ਨਹੀਂ ਲਿਓ ਫੜਾ ਕੱਟੀਏ ਕੇਕ ਦੋ ਮਿੰਟ ਬਣਾਵਾਂ ਦੋ ਇਦਾਂ ਲੈ ਫੜਾ ਅਰ ਚਲ ਬਾਪਾ ਅੱਲਾ ਫੜ ਬਣਾ ਲਾ ਅਰ ਚਲ ਬਾਪਾ ਨਾ ਚਲੋ ਮੰਮੀ ਨਾਲ ਹੋ ਜਾ ਬਸ ਇੱਥੇ ਇੱਥੇ ਆਉਣਾ ਚਲ ਬਾਹਰ ਮੈਚਿਸ ਤੋਂ ਹੀ ਚਲੋ ਇੱਧਰ ਨੂੰ ਗੱਲ ਹੀ ਕਰ ਲਓ ਉਹ ਮੈਚਿਸ ਤੋਂ ਲਿਆ ਤੁਸੀਂ ਉਹ ਗਲਤ ਸਾਈਡ ਬਹਿ ਗਏ ਅਰ ਇੱਧਰ ਬੈਠੋ ਇੱਧਰ ਬੈਠਣੇ ਚਲੋ ਉਹ ਮੈਚਿਸ ਲਿਆ ਮੰਮੀ ਇੱਧਰ ਮੈਚਿਸ ਮੈਂ ਉਹ ਕੈਂਡਲ ਸਿੱਕੇ ਜਿਹਾ ਹਾਂ ਹੁਣ ਸਹੀ ਹੈ ਕੈਂਡਲ ਦੀ ਗੱਲ ਨਹੀਂ ਕਰਾਂਗੇ ਦੇਖੋ ਕੈਂਡਲ ਬੁਝਾਈ ਦੀ ਨਹੀਂ ਉਦਾਂ ਵੀ ਆ ਤਾਂ ਦੇਖ ਤੇਰੀ ਗਲਿਟਰੀ ਕੈਂਡਲ ਜਲਦੀ ਹੈ ਗਲਿਟਰ ਚਲੋ ਚਲੋ Happy birthday to you. Happy birthday, dear Lali. Happy birthday to you. ਕੇਕ ਦਾ ਵੀ ਬਾਕੀ ਬਹੁਤ ਸਵਾਦ ਹੈ। ਸਵਾਦ ਹੈ? ਮੈਂ ਕਹਿੰਦਾ ਨੇਰੀਆਂ ਬਣੀਆਂ ਪਈਆਂ ਕੇਕ ਦੀਆਂ। चार तो दिन
ਇੱਧੇ ਵੀ ਤੂੰ ਬਣਨੀ ਇੱਧਰ ਦੇ ਇੱਧਰ ਨੂੰ ਕਰਨਾ ਤੂੰ ਨਾ ਮੈਂ ਗੱਲ ਤੂੰ ਇੱਧਰ ਰੌਲਾ ਪਾਦਾ ਹੈਪੀ ਹੈਪੀ ਬਰਥਡੇ ਟੂ ਵੀ ਖੜਾ ਕੇ ਸਹੀ ਨੂੰ ਅੱਗੇ ਭੁੱਖਵਾ ਦੇ ਹੈਪੀ ਬਰਥਡੇ ਅੱਜ ਅਸੀਂ ਸੱਚੀ ਮੋਮ ਮਿਸ ਕੀਤਾ ਹੈ ਅਮੀ ਹਾਂ ਮੰਮੀ ਆ ਜਾਓ ਚਲੋ ਚਲੋ ਜੀ ਇੱਥੇ ਬੈਠੋ ਨਾ ਚਲੋ ਜੀ ਹਰ ਬਣਾ ਹੈਪੀ ਬਰਥਡੇ ਟੂ ਯੂ ਲਓ ਜੀ ਹੁਣ ਆਰਬ ਦਾ ਗਿਫਟ ਖੋਲਣ ਲੱਗੇ ਆਪਾਂ ਦੇਖੀਏ ਕੀ ਲਿਆਂਦਾ ਇਹਨੇ ਆ ਮੰਮੀ ਗਾਂਧੀ ਜੀ ਦੇ ਕੰਮ ਦਾ ਮੰਮੀ ਤੁਸੀਂ ਕੋਲੀਆਂ ਦਾ ਲਿਆਓ ਇੱਕ ਖਾਈ ਸ਼ਲਗਮ ਤਾਂ ਨਹੀਂ ਆ ਜਾ ਭਰਾ ਮੰਮੀ ਅੱਜ ਸ਼ਲਗਮ ਖਾਈ ਦੀ पसंद आना ना ध्यान ना ध्यान ना देखो सही सीधा करके इत्थे रखो बुरा मत सुनो सोचो तो बाहर कट दे नहीं सोचो भी नाल ही तीन जने हुंदे सी चार हो गए बुद्धा वाले चार है नहीं आ भी ਇਹ ਤਾਂ ਬਹੁਤ ਵਧੀਆ ਚੀਜ਼ ਲਿਆਂਦੀ ਯਾਰ ਦੱਸ ਲੈ ਆਰਵ ਨੇ ਆ ਮੈਸੇਜ ਵਧੀਆ ਦੇ ਦਿੱਤਾ ਨਾ ਵਲੌਗ ਸਾਡੇ ਵਲੌਗ ਆਰਵ ਕੀ ਕਹਿੰਦੇ ਇਹ ਦਿੱਤੇ ਮੈਨੂੰ ਹੈ ਬਾਬਾ ਪਤਾ ਨਹੀਂ ਕਿਉਂ ਮੰਗਦੇ ਬੰਦੇ ਨੇ ਅੱਲੇ ਨੇ ਸਮਝਿਆ ਵੀ ਬੰਦੇ ਨੂੰ ਬੰਦੇ ਸੋ ਲਓ ਜੀ ਆਰਵ ਨੇ ਆ ਗਿਫਟ ਦਿੱਤਾ ਦੇਖੋ ਬਹੁਤ ਸੋਹਣਾ ਇਹ ਕੀ ਸੋਚ ਕੇ ਦਿੱਤਾ ਮੈਨੂੰ ਕਿਉਂਕਿ ਟੇਬਲ ਤੇ ਉਹਨੇ ਆਫਿਸ ਟੇਬਲ ਤੇ ਰੱਖਾ ਅੱਛਾ ਸੋ ਚਲੋ ਜੀ ਹੁਣ ਕੇਕ ਖਾ ਲਈਏ ਤੇ ਕੈਪੀ ਚਲੋ ਚਲੋ ਜੀ ਲਓ ਜੀ ਤੁਹਾਨੂੰ ਡੈਕੋਰੇਸ਼ਨ ਕਿੱਦਾਂ ਦੀ ਲੱਗੀ ਆਪਣੀ ਸਪੀਚ ਮੈਂ ਕਹਿੰਦਾ ਬਹੁਤ ਵਧੀਆ ਡੈਕੋਰੇਸ਼ਨ ਆਰਵ ਨੇ ਬਹੁਤ ਵਧੀਆ ਸਜਾਇਆ ਥੈਂਕ ਯੂ ਸਪੀਚ ਦੋ ਸੋ ਮੈਂ ਤਾਂ ਬਲੌਗ ਰਾਜ ਵੀ ਬਣਾਉਂਦਾ ਆ ਮੈਂ ਰਾਜ ਵੀ ਬਲੌਗ ਬਣਾਉਂਦਾ ਆ ਪਰ ਐਂਡ ਕਰਤਾ ਸੀ ਪਰ ਮੈਨੂੰ ਪਤਾ ਨਹੀਂ ਸੀ ਆ ਕੇ ਆਹ ਬੂਟੇ ਨਾਲ ਲਾਤੇ ਖੁਆਰੇ ਤੁਸੀਂ ਬੂਟਾ ਅੱਗੇ ਸੁੱਕਣ ਕੰਡੇ ਆ तो असी फटाफट केक कट किया और बस थको सी सो असी क्या फटाफट केक कट करिए और चलो सो जाइए सो ना कि डिनर ना कुछ कुछ भी नहीं गए शायद होपफुली अज आवेंगे और तुहानू मैं एक गल दसनी सी मैं कहा व्लॉग एंड करन तो पहला पहला मैं तुहानू एक इंपॉर्टेंट न्यूज़ दे देवां कि लाली दे बर्थडे ते यूट्यूब वाले ने लाली नू दिता एक सरप्राइज़ गिफ्ट जिन्हों देख के लाली हैरान ही हो गए मतलब 2 साल हो गया सानू वीडियो बनाते सानू उम्मीद नहीं सी कि इदां दा भी कुछ आऊगा सो बहुत खुशी हुई थैंक यू ये सारे का थैंक यू तुहानू ही जाता है क्योंकि तुहाडे सपोर्ट के बिना कुछ भी मुमकिन नहीं सी और ये गिफ्ट की सी मैं इस रिवील नहीं करांगी ये तुहानू देखने को मिलेगा नैक्सट व्लॉग सो तद तक बने रहो और अगर हजे तक चैनल सबसक्राइब नहीं किया सबसक्राइब कर लो वीडियो लाइक कर लो शेयर कर लो सो गाइज़ बाय बाय